ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨੈਕਸਟ ਡੇ ਤੇ ਤੁਹਾਡਾ ਸਵਾਗਤ ਆ। ਤੇ ਕੱਲ ਅਸੀਂ ਪਹੁੰਚ ਗਏ ਸੀਗੇ ਤਕਰੀਬਨ 6:30 ਘਰ ਪਹੁੰਚ ਗਏ ਸੀਗੇ। ਫਿਰ ਘਰ ਥੱਕ ਬਹੁ ਹੋਇਆ ਸੀਗਾ, ਫਿਰ ਆ ਕੇ ਨਹਾਤਾ ਨਹੁਤਾ ਨਹਾ ਕੇ ਰੋਟੀ ਪਾਣੀ ਖਾ ਕੇ ਸੌ ਗਏ ਸੀਗੇ। ਤੇ ਵਲੌਗਿੰਗ ਕੰਟੀਨਿਊ ਕਰਨਾ ਸੀ ਸੀਗੇ ਨਾ, ਤੇ ਸਾਨੂੰ ਜਲਦੀ ਆਉਣਾ ਪਿਆ ਸੀਗਾ ਇਸ ਕਰਕੇ ਕਿਉਂਕਿ ਅੱਜ ਹੈਗਾ ਵਿਆਹ ਤੇ ਵਿਆਹ ਵੀ ਖਾਸ ਆ, ਫਿਰ ਇਸ ਲਈ ਆਉਣਾ ਪਿਆ ਸਾਨੂੰ ਜਲਦੀ। ਨਹੀਂ ਤਾਂ ਅਸੀਂ ਸਾਰੇ ਪਾਸੇ ਘੁੰਮਦਿਆਂ ਨੇ ਆਉਣਾ ਸੀ, ਕਸੌਲੀ ਵਗੈਰਾ, ਸ਼ਿਮਲੇ ਵਗੈਰਾ ਵੀ, ਹੈਨਾ। ਸਾਡਾ ਮੂਡ ਜਿਹਾ ਬਣ ਗਿਆ ਸੀ ਉਧਰ ਨੂੰ ਵੀ ਜਾਣ ਦਾ, ਬਣ ਗਿਆ ਕਿਉਂਕਿ ਨਾਲ ਪਤਾ ਨਹੀਂ ਸੀਗਾ ਐਕਚੁਅਲੀ ਜਿਹੜੇ ਰੋਡ ਰਾਹੀਂ ਅਸੀਂ ਜਿਹੜੇ ਪਿਛਲੇ ਸਾਲ ਗਏ ਸੀ ਨਾ, ਉਹ ਅਸੀਂ ਉਨੇ ਤੋਂ ਕਿਤੇ ਗਏ ਸੀਗੇ, ਉਹ ਰੋਡ ਵੀ ਏਦਾਂ ਦਾ ਹੀ ਸੀਗਾ, ਪਹਾੜੀ ਇਲਾਕਾ ਸੀ। ਬਟ ਜਿਹੜਾ ਹੁਣ ਰੋਡ ਆਏ ਨਾ, ਮਤਲਬ ਅਨੰਦਪੁਰ ਸਾਹਿਬ ਵਾਲਾ ਰੋਡ, ਬਹੁਤ ਸੋਹਣਾ ਰੋਡ ਆ, ਜੋ ਸਭ ਕੁਝ ਲਾਗੇ ਲਾਗੇ ਸੀਗਾ, ਮਤਲਬ 30 ਕਿਲੋਮੀਟਰ ਤੇ ਉਹ ਕਸੌਲੀ ਸੀਗਾ ਉੱਥੋਂ ਮਨਾਲੀ ਤੋਂ, ਤੇ ਜਦੋਂ ਰਸਤੇ ਵਿੱਚ ਆਏ ਤਾਂ 50 ਕਿਲੋਮੀਟਰ ਹੀ ਕੁਛ ਰਹਿ ਗਿਆ ਸੀਗਾ ਨਾ ਅਨੰਦਪੁਰ ਦੇ ਕੋਲ, ਸ਼ਿਮਲਾ ਤਾਂ ਸਾਰਾ ਉੱਥੋਂ ਮਤਲਬ ਕਿ 39 ਕਿਲੋਮੀਟਰ ਸੀਗਾ, ਇੰਨਾ ਕੀ ਸੀਗਾ ਮਤਲਬ ਅਸੀਂ। ਫੇਰ ਤਾਂ ਆਪਾਂ ਚੱਲ ਜਾਣਾ ਸੀ, ਪਰ ਲੂਸੀ ਕਹਿੰਦੀ ਨਹੀਂ ਮੇਰਾ ਲਹਿੰਗਾ ਲੈਣਾ ਆ, ਮੈਂ ਲਹਿੰਗਾ ਬੁੱਕ ਕਰਵਾਇਆ 8 ਵਜੇ ਤੱਕ ਸ਼ਾਪ ਓਪਨ ਹੋਣੀ ਆ, ਵੀ ਉਹਨੇ ਫਿਰ ਰੈਂਟ ਵਗੈਰਾ ਵੀ ਦਿੱਤਾ ਹੋਇਆ ਸੀਗਾ, ਤੇ ਵਿਆਹ ਤੇ ਵੀ ਜਾਣਾ ਜ਼ਰੂਰੀ ਸੀਗਾ। ਜੇ ਕੋਈ ਹੋਰ ਵਿਆਹ ਹੁੰਦਾ ਫੇਰ ਅਸੀਂ ਸ਼ਾਇਦ ਨਾ ਵੀ ਆਉਂਦੇ ਵਾਪਸ, ਹਨਾ, ਫੇਰ ਅਸੀਂ ਰੁਕ ਜਾਣਾ ਸੀਗਾ, ਨਹੀਂ ਤਾਂ ਸਾਡਾ ਟੂਰ ਸੀਗਾ ਉੱਥੇ ਲੰਮਾ ਚੌੜਾ ਥੋੜਾ, ਪਰ ਵਿਆਹ ਕਰਕੇ ਛੇਤੀ ਆਉਣਾ ਪਿਆ ਸਾਨੂੰ ਵਾਪਸ। ਏਸੀ ਕਰਕੇ ਸੀਟ ਤੋਂ ਘਰੋਂ ਵੀ ਧਰਮਸ਼ਾਲਾ ਤੱਕ ਦਾ ਬਣਾਇਆ ਸੀਗਾ ਵੀ ਚੱਲ ਵਾਪਸ ਆ ਜਾਣਾ ਜਲਦੀ, ਵੀ ਫਿਰ ਵਿਆਹ ਵਗੈਰਾ ਦੇਖ ਲਵਾਂਗੇ ਨਾ। ਧਰਮਸ਼ਾਲਾ ਮਤਲਬ ਘੁੰਮਣ ਨੂੰ ਇੰਨਾ ਕੁਝ ਖਾਸ ਨਹੀਂ ਹੈਗਾ, ਸੀਗਾ ਨਹੀਂ ਕੁਝ ਵੀ, ਮਤਲਬ ਤੁਸੀਂ ਇੱਕ ਦਿਨ ਚ ਘੁੰਮ ਸਕਦੇ ਹੋ ਸਾਰਾ ਕੰਮ। ਲੂਸੀ ਹੋਣੀ ਤਾਂ ਜਾ ਕੇ ਡੀਜੇ ਤੇ ਭੰਗੜਾ ਪਾਉਂਦੇ ਹੀ ਰਾਤੀ, ਸਾਡੀ ਬੱਸ ਸੀਗੀ ਇਸ ਕਰਕੇ ਮੈਂ ਨਹੀਂ ਗਈ, ਨਾਲੇ ਫਿਰ ਮੁੰਡੇ ਕਰਕੇ ਥੋੜਾ ਜਿਹਾ ਔਖਾ ਵੀ ਹੋ ਜਾਣਾ ਸੀ ਨਾ, ਅਸੀਂ ਆਪਾਂ ਗਏ ਨੂੰ। ਤੇ ਹੁਣ ਸਿੱਧਾ ਹੀ ਜਾ ਕੇ ਮਿਲਾਉਂਦੇ ਹਾਂ ਤੁਹਾਨੂੰ ਉਹਨਾਂ ਨਾਲ, ਫਿਰ ਪੈਲਸ ਚ ਜਾਂਦੇ ਹਾਂ, ਚਲੇ ਨੀਂਦ ਆਉਂਦੀ ਹੈ। ਉੱਠ ਗਿਆ, ਦੇਖ ਲਓ ਇਹਦੇ ਕੰਮ ਸ਼ੁਰੂ ਹੋ ਗਿਆ। ਜਦੋਂ ਕਰਦਾ ਬੇਇੱਜ਼ਤੀ ਕਰਦਾ ਬਸ ਮਾਮੇ ਤੇਰੇ ਫੁਗਰੀ ਬੜੇ ਮਾਰਦੇ ਆ, ਕਹਿੰਦਾ ਹਾਂ ਕਹਿੰਦਾ ਬੜੇ ਫੁਗਰੀ ਮਾਰਦੇ ਆ ਯਾਰ, ਇਹਦਾ ਫੁੱਲ ਸੀਗਾ ਇੱਥੇ ਲਾਉਣ ਵਾਲਾ, ਮੈਂ ਕੱਢ ਕੇ ਰੱਖਿਆ ਘਰੇ ਰਹਿ ਗਿਆ। ਸਾਹਿਲ ਵਾਲਾ ਨੂੰ ਕਰੰਟ ਲਾ ਗਿਆ, ਕਰੰਟ ਲਗਾ ਗਿਆ ਦੇਖੋ ਇਹਨਾਂ ਨੂੰ। ਇੱਕ ਤਾਂ ਇਹਨਾਂ ਨੂੰ ਲੋਕੇਸ਼ਨਾਂ ਨੀ ਹਨਾ ਪਸੰਦ ਆਉਂਦੀਆਂ, iPhone 15 ਲੈ ਕੇ ਵੀ ਘੁੰਮਦੇ ਪਏ ਆ ਇਹਨਾਂ ਦਾ ਆ, ਸ਼ਰੀ ਨਾ ਮਾਰ ਇਹਨਾਂ ਨੂੰ, ਤਾਂ ਵੀ ਕਦਰ ਹੈ ਨੀ ਗੀ। ਆਹੋ ਆ ਦੇਖੋ ਬਸ ਸਫਾਈ ਕਰਨਾ ਸਫਾਈ
ਬੇਚਾਰੀ ਦੀਦੀ ਨੇ ਪੋਜ਼ ਮਾਰਿਆ ਤੇ ਫੋਟੋ ਫੋਟੋ ਖਿੱਚਦੇ ਆ। ਇਹਨੇ ਬਹੁਤ ਦੁਖੀ ਕੀਤਾ ਪਿਆ, ਇੱਥੇ ਆ ਦੇਖ ਲੋ। ਉਹ ਦੇ ਕਹਿੰਦਾ ਉਧਰ ਲੈ ਕੇ ਚੱਲ, ਖਿੱਚਦਾ ਹੀ ਪਿਆ ਪਤਾ ਨੀ ਕਾਤੇ। ਜੜੀ ਆ ਗਈ, ਸੰਨੀ ਭਾਜੀ ਆ ਗਿਆ। ਇੱਧਰ ਭਾਬੋ, ਇੱਧਰ ਅਸੀਂ ਦੇਖ ਆਏ ਆ, ਫੋਟੋ ਫੋਟੋ ਖਿਚਾਏ ਆਏ ਆ। ਠੀਕ ਹੈ, ਲੜੇ ਸਾਡੇ ਦੀ ਨਿਗਾਹ ਹੀ ਨੀ ਹਟਦੀ ਪਈ ਭਾਬੀ ਤੋਂ। ਮੂਵੀ ਵਾਲਿਆਂ ਨੇ ਸਦਾਈ ਕਰਤਾ ਵਿਚਾਰਿਆਂ ਨੂੰ। ਆ ਦੇਖੋ ਜੀ ਆਪਣੇ ਮੁੰਡੇ ਦਾ ਕੰਮ ਦੱਸੋ, ਇਹ ਆਪਣੇ ਮੁੰਡੇ ਨੂੰ ਸਾਫ਼ ਸਮਾਨ ਸਾਫ਼ ਨੀ ਰੱਖਦੇ। ਆ ਚੈੱਕ ਕਰੋ, ਆ ਚੈੱਕ ਕਰੋ, ਨਿਆਣੇ ਇੱਦਾਂ ਹੀ ਹੁੰਦੇ ਆ। ਟੋਕੀ ਟੋਕੀ ਦਾ ਨੀ ਸੀ, ਕੱਪੜੇ ਪਿਛਾਕ ਪਾਤੂ ਲੈ ਦੇ। ਚਾਰੀ ਮਾਰ, ਚਾਰੀ ਮਾਰਨ ਨੂੰ ਤਾਂ ਗਏ ਹੈ ਨਾਣੇ ਵੇ। ਗੰਜਿਆ ਚੇਤੀ ਕਰ, ਮੇਰੇ ਨੂਡਲ ਮੈਂ ਸੋਚ ਲੈ। ਖੜਾ ਦੇ, ਖੜਾ ਦੇ, ਪੁਸ਼ ਅਪਸ ਗਾਇਸ, ਪੁਸ਼ਪ ਹੋ ਰਹੇ। ਭੁੱਖ ਲੱਗੀ ਆ, ਓ ਗੱਲ ਬਾਤ, ਫੋਟੋ ਸੋਹਣੀ ਹੁੰਦੀ, ਤੁਹਾਨੂੰ ਕੋਈ ਚਾਹੀਦੀ ਸੀ। ਬੋਰੋ ਪਲੱਸ, ਬੋਰੋ ਬੋਰੋ ਪਲੱਸ, ਵਟ ਇਜ ਦਿਸ ਕਾਰਮੈਕਸ ਗਾਇਸ? ਬਸ ਇੱਥੇ ਇਹਨਾਂ ਦੀ ਅੰਗਰੇਜ਼ੀ ਮੁੱਕ ਗਈ ਲੋਕੋ। ਅਮਾ ਨਸਤੀ ਏਦਾਂ ਦੀਆਂ ਵੀ ਹੁੰਦੀਆਂ ਦੇਖੋ। ਮੈਨੂੰ ਕੀ ਦਿਖਾਉਣਾ, ਮੈਂ ਚੱਲੀ ਤੋਂ ਠੀਕ ਆ, ਮੈਂ ਹਾਲੇ ਖਾਣਾ ਪੀਣਾ ਪੀਆ। ਆ ਦੇਖ ਕੋਈ ਇੰਟਰਸਟ ਨੀ ਗਾ, ਦੁੱਧ ਬਣਾ ਰਹੇ। ਗੰਜੇ ਕੀ ਰੌਲਾ ਪਾਇਆ ਤੂੰ? ਅੱਛਾ, ਨਣਕ ਬਾਓ, ਮੈਂ ਕਹਿੰਦੀ ਇਹਦੇ ਆਹ ਕੋਟੀ ਰਹਿਣ ਦਵਾਂ, ਪਾਉਣ ਨੂੰ ਇਹਦੇ ਉੱਪਰ ਦੀ ਆਹ ਜੈਕਟ ਪਾ ਦਵਾਂ। ਨਣਕ ਬਾਓ, ਨਣਕ ਬਾਓ, ਬਾਓ ਦੇਸ਼ ਇਹਨਾਂ ਦੇ ਰਹਿਣ ਸਹਿਣ ਨੀ। ਹੇ ਮੰਮੀ ਵਟਸਐਪ, ਉਹ ਮੰਮੀ ਅਸੀਂ ਨਾਣੇ ਦੇ ਕੱਪੜੇ ਚੇਂਜ ਕਰਨ ਆਏ, ਉਹਨੇ ਗੰਦੇ ਕਰ ਲਏ ਆ ਇਹਨਾਂ ਦੇ। ਤੈਨੂੰ ਮੈਂ ਦੱਸਾਂ, ਬੋਤਲ ਫੜ ਬਲੌਗਰੇ, ਆ ਬੋਤਲ ਫੜ, ਬੋਤਲ ਫੜ, ਇੱਥੇ ਗੰਦ ਪਾਉਣਾ। ਕਈ 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 ਨੂਡਲ ਕੋਲ ਸੌਖੇ ਹੀ ਪਤਾ ਕੀ ਰੋਲਾ ਚੱਕਿਆ। ਔਖਾ ਬਾਲਾ ਔਖਾ ਇਹਨਾਂ ਦਾ ਵੀ ਸ਼ੱਕ ਡੂ 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 ਸ਼ੱਕ ਡੂ ਡੂ।
ਡੂਨਾ ਦੇਖੋ ਛੱਡ ਦਾ ਸਟੋਲ ਸਟੂਲ ਹੈ ਗੋਲ ਗੱਪੇ ਦਵੀੜ ਦਿੱਤੀ ਉਹ ਬੇਚਾਰਾ ਇਹਨੂੰ ਕੋਈ ਪੁੱਛਦਾ ਹੀ ਨੀ ਨਵੀਂ ਮੰਮੀ ਲੈ ਕੇ ਜਾਣੀ ਇਹਨਾਂ ਨੂੰ ਤਾਂ ਲੈਣ ਚ ਵੀ ਨੀ ਲੱਗਣਾ ਹੁੰਦਾ ਕਿੰਨੇ ਡੂਨੇ ਖਾਲੇ ਲੂਸੀ ਹਾਂ ਦੋ ਗੋਲ ਗੱਪੇ ਨੀ ਜਿੱਦਾਂ ਦਾ ਮੂੰਹ ਤੇਰਾ ਫੁੱਲਿਆ ਤੂੰ ਤਾਂ ਘੱਟ ਨੀ ਕੀਤੀ ਹੋਣੀ ਆ ਲੈ ਇੰਨਾ ਸਾਫ਼ ਕਰਨਾ ਹੀ ਹੋਵੇ ਘੱਗਰੇ ਨਾਲ ਆਹੋ ਇੰਨਾ ਵੀ ਸਬਰ ਕਰ ਲਾ ਮਿਲ ਜੂ ਬੇਚਾਰੀ ਧੱਕੇ ਮਾਰੀ ਜਾਂਦੀ ਧੱਕੇ ਹੀ ਮਾਰੀ ਜਾਂਦੀ ਆ ਨਿਆਣਿਆਂ ਦੇ ਡੂਨਾ ਚ ਵੀ ਨੀਤ ਪਾਈ ਜਾਂਦੀ ਆ ਕੋਈ ਸ਼ਰਮ ਹੈਗੀ ਤੈਨੂੰ ਹੈ ਲੂਸੀ ਸ਼ਰਮ ਹੈਗੀ ਕੋਈ ਨਵੀ ਇਹ ਨਵੀ ਉਹ ਨਿਆਣਿਆਂ ਦੇ ਡੂਨਿਆਂ ਚ ਵੀ ਨੀਤ ਪਾਈ ਜਾਂਦੀ ਭੈਣ ਤੇਰੀ ਬਸ ਕਰ ਨੀ ਤੂੰ ਜਮਾ ਹੀ ਸ਼ਰਮ ਲਾ ਲੈ ਇਧਰ ਪਤਾ ਨੀ ਕਿੰਨਾ ਡੂਨਾ ਆ ਕਿੱਥੇ ਪਹਿਲਾਂ ਹੀ ਆ ਇਧਰ ਉਹ ਪਿੱਛੇ ਆ ਨਾ ਪਤਾ ਨੀ ਵੀ ਕਿਹੜੀ ਮਾਰਤੇ ਆ ਸੱਚੀ ਨੀ ਪਤਾ ਕੁਛ ਤਾਂ ਹੈ ਇੱਥੇ ਜਿਹੜੀ ਮਾਰਤੇ ਇਹ ਬੰਦਾ ਬੈਠਾ ਆ ਮੈਨੂੰ ਹਜੇ ਦਿਸ ਜਿਹਾ ਨੀ ਹੋਇਆ ਇੱਥੇ ਕੁਛ ਲੋਕ ਕੇ ਬੰਦਾ ਖਾਂਦਾ ਪਿਆ ਇਧਰ ਆ ਦੇ ਇਕੱਠੇ ਕੱਠੇ ਡੂਨੇ ਮਕਾ ਕੇ ਤੇ ਹੁਣ ਬਹਿ ਗਈ ਆਰਾਮ ਨਾਲ ਆ ਦੇਖ ਲੋ ਟੁੱਟੇ ਦੰਦਾਂ ਵਾਲੇ ਚੋਪਰ ਆ ਪਤਾ ਨੀ ਕਿਹੜੀ ਪਤਾ ਨੀ ਆ ਕਿਹੜੀ ਦੁਨੀਆਂ ਚ ਘੁੰਮਦੇ ਪਈ ਸੋਹਣੀ ਲੱਗਦੀਆਂ
ਮੈਂ ਮੂੰਹ ਧੋ ਕੇ ਵੀ ਸੋੜੀ ਆ, ਬਿਨਾ ਫਾਊਂਡੇਸ਼ਨ ਤਾਂ ਵੀ ਸੋੜੀ ਆ ਮੈਂ। ਲੈ ਦੇਖਦਾ ਦੇਖਦਾ ਪੂਝ ਕੇ ਗੱਲ ਸੁਣ ਲੋ ਮੇਰੀ, ਇੱਕ 20 ਰੁਪਏ ਪਰ ਫੋਟੋ, 20 ਰੁਪਏ ਪਰ ਫੋਟੋ ਤੇਰਾ ਮੈਂ ਕਮਾਨ ਨੀ ਟੁੱਟੇ ਟੁੱਟੇ ਦੰਦ ਹੋਰ ਟੁੱਟ ਜਾਣੇ ਆ ਨਾ, ਇੰਨੇ ਟੂਨੇ ਤੂੰ ਥੱਲੇ ਖਲਾਰੇ ਹਲੇ ਘਾਤ ਚ ਵੜਿਆ, ਬਸ ਕਰ ਹੁਣ। ਮੈਂ ਤਾਂ ਖਾਦਾ ਹੀ ਖੜ ਕੇ ਆ ਨਾ, ਹੁਣ ਬਸ ਕਰ। ਆ ਦੇਖ 2, 3, 4 ਥੱਲੇ ਦੇ ਖਾਣਾ ਵੀ ਆ ਦੇਖੋ, ਦਾ ਦਰਾਣੀ ਜਠਾਣੀ ਦਾ ਪਿਆਰ ਇੱਕ ਥਾਲੀ ਚ ਖਾਂਦੀਆਂ, ਦੇਖਿਆ ਕਦੇ ਏਦਾਂ ਦਾ ਪਿਆਰ ਮੰਮੀ ਸਾਡੀ ਸੇਵਾ ਚ। ਉਹ ਬੱਸਾਂ ਹੀ ਨੀ ਕਰਦਾ, ਰੋਟੀ ਪਾਣੀ ਖਾ ਲਿਆ ਥੋੜਾ ਖਾ ਲੈਣਾ ਸੀ ਜੇ ਹੁਣ ਲਹਿੰਗਾ ਪਾ ਕੇ ਬਹਿ ਨੀ ਹੁੰਦਾ, ਹੁਣ ਇੰਨਾ ਖਾਈ ਗਈ ਹੁਣ ਲਹਿੰਗਾ ਟਾਈਟ ਹੋ ਗਿਆ ਤੇ ਹਜੇ ਪਲੇਟ ਚ ਪਈ ਆ ਦੇਖੋ, ਪਨੀਰ ਵਾਲੇ ਪਕੌੜਿਆਂ ਦੀ ਪਲੇਟ ਭਰ ਕੇ ਲਿਆਂਦੀ, ਪਿੱਛੇ ਨੂੰ ਹੋ ਕੇ ਬੈਠੀ ਹੋਣਾ, ਹੁਣ ਪਿੱਛੇ ਨੂੰ ਲੀਟੀ ਜਾਂਦੀ ਅੱਗੇ ਨੂੰ ਨੀ ਹੁੰਦਾ, ਕਹਿੰਦੀ ਉਹਦੇ ਬੋਲ ਵੀ ਨੀ ਹੁੰਦਾ ਪਿਆ ਹੁਣ, ਬਸ ਕਰ। ਉੱਥੇ ਖੜਾ ਹੈ ਕਿੱਦਾਂ ਦੇਖਦਾ ਸੀ ਦੱਸਿਓ, ਕਿੱਦਾਂ ਦੇਖਦਾ ਸੀ ਏਦਾਂ? ਅਸੀਂ ਸਭ ਦੇਖਦੇ ਪਏ ਸੀ, ਕਹਿੰਦੇ ਪ੍ਰੀਤ ਕਿਸੇ ਮਾਰਦੇ ਆ, ਹੁਣ ਵੇਖ ਜਾਣ ਕੇ ਸਾਰੇ ਸਾਹਮਣੇ। ਉਹ ਤਾਂ ਕਹਿੰਦਾ ਲੱਭੋ ਕੋਈ ਕੁੜੀ, ਪੂਜਾ ਦੀਦੀ ਲੱਭੋ, ਫੇ ਲੱਭ ਲਈ ਆ, ਦੇਖ ਲਾ ਮੰਮੀ ਨੇ ਤਾਂ ਗੱਲ ਵੀ ਕਰ ਲਈ ਵਿਆਹ ਚ। ਇਹਦਾ ਇੱਦਾਂ ਦਾ ਹੀ ਹੁੰਦਾ ਆ ਦੇਖ ਲਿਆ, ਇਹਦਾ ਹਜੇ ਕੁਛ ਵੀ ਨੀ, ਕਦੀ ਕਦੀ ਤਾਂ ਬਾੜਾ ਹੀ ਹੋ ਜਾਂਦਾ ਹੁੰਦਾ ਇਹਦਾ, ਆਦੇ ਬਹਿ ਨੀ ਹੁੰਦਾ ਪਿਆ ਹੁਣ ਇਹਦੇ ਕੋਲੋਂ, ਬੰਦਾ ਪਹਿਲੇ ਹਿਸਾਬ ਨਾਲ ਖਾਵੇ। ਮੈਂ ਕਿਹਾ ਘਰ ਖਾਲੀ ਪਲੇਟ ਉਹਦੇ ਵਾਲ ਨੂੰ ਕਰੀ ਜਾਂਦਾ, ਲੂਸੀ ਖਾ ਲਾ। ਆ ਬਈ ਮੁੰਡਾ ਨੀ ਅੱਜ ਪਾਪਾ ਦੀ ਗੋਦੀ ਚ ਉਤਰਦਾ ਪਿਆ, ਆਦੇ ਪਤਾ ਨੀ ਇਹਨੂੰ ਕੀ ਹੋਇਆ, ਆਏ ਹੁਣੇ ਹੁਣੇ ਪੈਕ ਹਟ ਗਿਆ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੇ ਹੀ ਵਲੌਗ ਸਾਡੇ ਵਧੀਆ ਲੱਗੇ।